मैं कमांड करता हूं इस दुष्ट आत्मा को, बोलकर इसको छोड़े, इसके परिवार को छोड़े, मेरे पैर च इना च दर्द ज्यादा ते नाल ए हैगी बस। आओ मेरे साथ यीशु जी दा नाम जप बंदिया मैनूं एलर्जी सीगी 30-35 साल हो गए ना। की हुंदा सी एलर्जी नाल? खांसी हुंदी जबरदस्त, ना मैं किसे नाल बोल सकदी, ना मैं कुछ, ते मैं किसे रिश्तेदार दे नहीं जांदी हैगी, किथे नहीं, सारा कुछ छड्या होया। हांजी, ते मेरे सारे परिवार च भी इदां ही हैगा, पता नहीं की कोई समझ नहीं आंदी है। आजो आजो, अज की होया तुहाडे नाल? अज ते मैं बस शरीर मेरा हौला पै गया और ठीक हो गई हूं। ते मेरे बाऊ दे बाऊ नूं भी हुण मिसकारज हो गया, 6 दिन हो गए ना, ओनू ऑपरेशन दस्या होया। सुनो सुनो, इस वक्त असीं तुहाडी गल करांगे। हांजी हांजी, ठीक है। हांजी, ਤੁਸੀਂ ਤਗੜੇ ਹੋਗੇ ਤੇ ਘਰ ਦਿਆਂ ਦਾ ਬਹੁਤ ਚੁੱਕੋਗੇ। ਹਾਂਜੀ, ਉਹ ਤਾਂ ਹੈ। ਹਾਂਜੀ, ਅੱਛਾ, ਕਿੰਨੇ ਸਾਲ ਤੋਂ ਅਲਰਜੀ ਸੀ ਤੁਹਾਡੇ ਗਲੇ 'ਚ? ਮੇਰੇ ਕੋਲ 25 ਸਾਲ ਹੋ ਗਏ। 25 ਸਾਲ ਤੋਂ? ਹਾਂਜੀ ਹਾਂਜੀ। ਆਜੋ ਆਜੋ, ਜਲਦੀ ਆਜੋ। ਹਾਂਜੀ, ਅੱਛਾ, ਤੇ ਨਾਲੇ ਸਰੀਰ 'ਚ ਵੀ ਆ ਟਾਬੇ ਦੇ ਪੈ ਜਾਂਦੇ ਸੀ, ਕਾਲੇ ਕਾਲੇ ਦਾਗ ਪੈਣੇ, ਨਾਲੇ ਸਰੀਰ ਕੰਮ ਨਹੀਂ ਕਰਨਾ। ਅੱਛਾ, ਸਾਡੇ ਘਰ 'ਚ ਵੀ ਝਗੜਾ ਹੁੰਦਾ ਸੀਗਾ, ਬਸ ਸਵੇਰੇ ਉੱਠ ਕੇ ਬਸ ਝਗੜਾ ਹੀ ਰਹਿੰਦਾ ਬਸ। ਹਾਂ ਨਹੀਂ, ਅੱਜ ਤੁਹਾਡੀ ਸਿਹਤ ਦੀ ਗੱਲ ਕਰ ਰਹੀ ਅਸੀਂ। ਹਾਂ ਤੇ ਕਿੰਨੇ 25 ਸਾਲ ਤੋਂ? ਹਾਂਜੀ ਹਾਂਜੀ। ਕੀ ਪ੍ਰੋਬਲਮ ਸੀ ਤੁਹਾਨੂੰ? ਅਲਰਜੀ ਸੀਗੀ ਨਾ, ਪਾਣੀ ਨਾਲ ਹੱਥ ਲਾਣਾ ਤਾਂ ਵੀ ਮੈਨੂੰ ਖਾਂਸੀ ਸ਼ੁਰੂ ਹੋ ਜਾਂਦੀ ਸੀ। ਨਾਲ ਪਾਣੀ ਨਾਲ ਮੈਂ ਹੱਥ ਨਹੀਂ ਲਾਣਾ, ਕੱਪੜੇ ਮਸ਼ੀਨ 'ਚ ਧੋਣੇ, ਬਸ ਸਾਰਾ ਕੁਛ। ਪਾਣੀ ਲੈ ਕੇ ਆਓ ਗਿਲਾਸ ਮੈਂ। ਓਕੇ, ਤੇ ਅੱਜ ਕੀ ਹੋਇਆ? ਅੱਜ ਮੈਂ ਠੀਕ ਆ, ਮੇਰਾ ਸਰੀਰ ਠੀਕ ਆ, ਮੇਰੇ ਤੇ ਖੜਿਆ ਨਹੀਂ ਹੁੰਦਾ ਜਾਏ ਤੇ ਜ਼ਿਆਦਾ ਦੇਰ, ਖਾਣਾ ਵੀ ਨਹੀਂ ਬਣਦਾ 2 ਵਜੇ। ਹਾਂ, ਇਹ ਦੁਬਾਰਾ ਬੋਲੋ ਜੀ, ਅਭੀ ਹੁਣ ਬੋਲੇ ਤੋ 2 ਬੰਦਿਆਂ ਦਾ ਖਾਣਾ ਵੀ ਨਹੀਂ ਬਣਾ ਸਕਦੀ ਸੀ ਮੈਂ, ਤੋ ਕੋ ਖੜਿਆ ਨਹੀਂ ਹੋਇਆ ਜਾਂਦਾ। ਹਾਂਜੀ, ਖੜਿਆ ਨਹੀਂ ਹੋ ਜਾਣਾ, ਪੈਰਾਂ 'ਚ ਦਰਦ ਬੜੀ ਹੁੰਦੀ ਸੀ। ਅੱਛਾ, ਹਾਂਜੀ, ਇਹ ਕਿਤਨਾ ਬੜਾ ਚੱਕਰ ਲਗਾਇਆ ਬਹਿਨ ਨੇ। ਨਹੀਂ, ਅੱਜ ਤਾਂ ਪੂਰੀ ਵਰਸ਼ਿਪ ਕੀਤੀ ਹੈ ਮੈਂ। ਹਾਂਜੀ, ਸਮਝ ਆ ਰਹੀ ਕਿ ਨਹੀਂ ਆ ਰਹੀ ਆਪ? ਹਾਂਜੀ ਹਾਂਜੀ, ਆਪ ਤਗੜੇ ਹੋ ਗਏ ਹੋ ਅਬ। ਜੈਸ, ਪਾਣੀ ਪੀਓ ਪੀਓ ਪੀਓ, ਕੋਈ ਨੀ, ਡਰੋ ਨਾ। ਹਾਂ, ਤੁਹਾਡੇ ਕੋਲ ਖੜਾ ਨਹੀਂ ਸੀ ਹੋਇਆ ਜਾਂਦਾ? ਹਾਂਜੀ, ਤੇ ਕਿੱਡਾ ਵੱਡਾ ਚੱਕਰ ਕੱਟਿਆ ਤੁਸੀਂ? ਹਾਂਜੀ, ਮੈਂ ਤਾਂ ਚਰਚ ਆ ਕੇ ਬਹਿੰਦੀ ਵੀ ਨਹੀਂ ਹੈਗੀ, ਮੈਂ ਤਾਂ ਵਰਸ਼ਿਪ ਕਰਦੀ ਬਸ। ਅੱਛਾ, ਅੱਜ ਵਰਸ਼ਿਪ ਵੀ ਕੀਤੀ? ਓ ਹਾਲੇਲੂਯਾ, ਇਹ ਹੈ ਟੈਸਟਮਨੀ। ਯੈਸ ਜੀਸਸ। ਪਹਿਲੀ ਵਾਰੀ ਆਏ ਤੁਸੀਂ? ਨਹੀਂ ਨਹੀਂ, ਮੈਂ ਕਬ ਸਾਲ ਹੋ ਗਏ ਜਲਦੀ ਨੂੰ, ਇੱਥੇ ਹੋ ਗਿਆ 5-6 ਮਹੀਨੇ। 5-6 ਮਹੀਨੇ ਤੋਂ ਆ ਰਹੇ ਪਰ ਵਿੱਚ ਵਾਰ ਹੀ ਆਉਂਦੇ ਨਾ ਉਹ ਕਰ ਚ। ਸੁਣੋ ਸੁਣੋ ਸੁਣੋ, ਅੱਜ ਦੀ ਗ੍ਰੇਸ ਜਿਹੜੀ ਹੈ ਨਾ ਉਹ ਤੁਹਾਡੇ ਘਰ ਜਾਊਗੀ ਨਾਲ ਤੁਹਾਡੇ। ਯੈਸ ਅਮੀਨ, ਯੈਸ ਅਮੀਨ। ਇਹ ਕੌਣ ਹੈ? ਇਹ ਮੇਰੀ ਬੇਟੀ ਹੈ। ਇਹ ਤੁਹਾਡੀ ਬੇਟੀ ਹੈ? ਹਾਂਜੀ। ਇਹਦੀ ਜਦੋਂ ਮੈਰਿਜ ਹੋਈ ਨਾ, ਇਹਦੀ ਮੈਰਿਜ ਤੋਂ ਬਾਅਦ ਇਹਨੂੰ ਇਹਦੀ ਲਾਈਫ 'ਚ ਪ੍ਰੋਬਲਮ ਆਉਣਾ ਸ਼ੁਰੂ ਹੋ ਗਈ। ਹਾਂਜੀ, ਹੁਣ ਵੀ ਬਿਮਾਰੀ ਹੈਗੀ। ਸਮਝ ਆ ਰਹੀ ਕਿ ਨਹੀਂ ਆ ਰਹੀ? ਇੱਕ ਦੁਸ਼ਟ ਆਤਮਾ ਨੇ ਇਹਦੀ ਲਾਈਫ ਦੇ ਵਿੱਚ ਅਟੈਕ ਕੀਤਾ। ਹਾਂਜੀ ਹਾਂਜੀ, ਆ ਰਹੀ ਸਮਝ? ਹਾਂਜੀ। ਇਹ ਕਿੱਥੇ ਕਿੱਥੇ ਰਹਿੰਦੀ ਹੈ? ਇਹ ਹੈਗੀ ਮੁਬਾਰਕਪੁਰ। ਓਕੇ, ਇਹ ਕੌਣ ਹੈ? ਇਹ ਨਾ ਇਹ ਬੇਟਾ ਹੈਗਾ, 15 ਸਾਲ ਦਾ, ਮੰਜੇ ਤੇ ਆ ਗਿਆ ਹੁਣ, ਜੂਸ ਦੇ ਨਾਲ ਹੀ ਹੈ।
ये चार पाई पे ही है। हाँ जी चार पाई पे है। ये चलता फिरता नहीं? नहीं कुछ नहीं है, हुण तो बैठते है। ओके बिल्कुल बच्चा बनया होया एकदम बैठते। ਇਹਦਾ ਸਰੀਰ ਗਰੋ ਨਹੀਂ ਕਰਦਾ? ਨਹੀਂ ਨਹੀਂ ਕੁਛ ਨਹੀਂ, ਹੁਣ ਤਾਂ ਛੋਟਾ ਬਣ ਗਿਆ ਬਿਲਕੁਲ। ਪਹਿਲੇ ਤੁਰਦਾ ਸੀਗਾ ਹੁਣ ਮੰਜੇ ਤੇ ਹੈਗਾ। ਓਹ ਛੋਟੇ ਬੱਚੇ ਵਾਂਗੂ ਹੈ। ਆਪਣੇ ਹੱਥ ਉਠਾਓ। ਕਿੱਧਰਲੀ ਸਾਈਡ ਆ ਤੁਹਾਡੀ ਬੇਟੀ ਦਾ ਘਰ? ਕਿਹੜੀ ਦਿਸ਼ਾ ਚ? ਉਨਾ ਸਾਈਡ। ਉਨਾ ਕਿੱਧਰ ਨੂੰ? ਇੱਥੇ ਹਿਮਾਚਲ ਚ। ਚੁੱਕੋ ਆਪਣਾ ਹੱਥ। वो हमारा बादशाह, ठीक होएगा तुहाडा बेटा जिहड़ा छोटा। आमीन। शैतान दे अटैक खत्म होने। आमीन। तुहाडे तो हो गया ना जे अटैक खत्म? हुण ठीक है गला? पानी ना तुहानू एलर्जी हुंदी सी? हुण पानी पीता होई एलर्जी? कितने जन समझ रहे इस बात? नूरपुर तो आए ना? नहीं नहीं ज्वाली तो। अच्छा ज्वाली तो। हुण ठीक जे तुसी? एलर्जी ठीक है? गले च अटकदा सी वो भी ठीक है? हां जी हां जी ठीक है। हुण दसो सारे नु कि मैं ठीक है। मैं ठीक हां। हुण 25 साल से थी बीमार। ओ हालेलुया जीसस। यीशु तेरा रहम हो गया। 25 साल तुसी प्रॉब्लम? हां जी। ओ ਸਾਡੇ ਤਾਂ ਘਰ ਮੈਂ ਵੀ ਝਗੜਾ ਹੁੰਦਾ। ਸਵੇਰੇ ਉੱਠ ਕੇ ਕਹਿੰਦੇ ਮੈਨੂੰ ਗਵਾਂਢੀਆਂ ਨੂੰ ਸੁਣਾਉਂਦੀ ਹੈ। ਮੈਂ ਤੇ ਬਾਥਰੂਮ ਬੰਦ ਕਰਕੇ ਫੇਰ ਬੁਰਸ਼ ਕਰਦੀ ਸੀ। ਹਾਂ ਇੱਕ ਘੰਟਾ ਬਾਥਰੂਮ ਚ ਹੀ ਰਹਿਣਾ। ਆਜੋ ਸਪਿਰਿਟ ਜਾ ਚੁੱਕੀ ਆ। ਹਾਂਜੀ ਆਪ ਆਜ਼ਾਦ ਹੋ। ਜੈਸਾ ਤਾਰੀਫ ਕਰੋ ਪਰਮੇਸ਼ਰ।